ਐਕਚੁਲੀ ਮੇਰੇ ਨਾ ਕਿਸੇ ਨਾਲ ਨਾਰਾਜ਼ਗੀ ਕਰਨ ਨੂੰ ਜੀ ਨਹੀਂ ਕਰਦਾ। ਉਹ ਐਕਚੁਲੀ ਕੀ ਆ, ਮੇਰੇ ਹਲਕੇ 'ਚ SMO ਉਹਨਾਂ ਬ੍ਰਦਰ ਲੱਗ ਗਿਆ, ਅਤੇ ਜਦੋਂ ਲੱਗਿਆ ਕੋਈ ਵੀ ਲੱਗ ਸਕਦਾ, ਜਦੋਂ ਮੇਰੇ ਕਰਨੀ ਕੋਈ ਚਾਹੇ SHO ਲੱਗੇ, ਚਾਹੇ SM ਲੱਗੋ, ਚਾਹੇ ਕੋਈ DSP ਲੱਗੇ, ਆਪਦੀ ਡਿਊਟੀ ਨਿਭਾਵੇ ਨਾ। ਅਸੀਂ ਡਿਊਟੀ ਨਿਭਾਉਣੀ ਚਾਹੀਦੀ, ਜਦੋਂ ਤੁਸੀਂ SM ਲਾਏ ਤਾਂ ਪੇਸ਼ੈਂਟ ਦੇਖੋ, ਆਪਣਾ ਹੋਸਪਿਟਲ ਦੇਖੋ ਵੀ ਆਪਣਾ ਪੇਸ਼ੈਂਟ ਦਾ ਕਿਵੇਂ ਕਰਨਾ, ਤਾਂ ਸਾਰਾ ਕੁਝ ਇਹੀ ਹੁੰਦਾ ਵੀ ਪਿੰਡ ਜਾ ਕੇ ਲੋਕਾਂ ਦਾ। ਜਦੋਂ ਮੈਂ ਉਹਦੀ ਨੈਗੇਟਿਵਿਟੀ ਦੇਖੀ ਵੀ ਇਹ ਮੇਰੇ ਖਿਲਾਫ਼ ਇੰਟਰਸਟ ਸੀਗਾ, ਨੈਗੇਟਿਵਿਟੀ ਮਤਲਬ ਉਹਨਾਂ ਨੇ ਮੇਰੇ ਖਿਲਾਫ਼ ਸਿਆਸੀ ਗਤੀਵਿਧੀਆਂ ਸ਼ੁਰੂ ਮੇਰੇ ਖਿਲਾਫ਼ ਮਤਲਬ ਬੋਲਣਾ, ਅਤੇ ਮੈਨੂੰ ਜਦੋਂ ਫੀਡਬੈਕ, ਕਿਉਂਕਿ ਹਰ ਪਿੰਡ ਮੇਰੇ ਨਾਲ ਲਿੰਕ ਸੀਗਾ ਸਾਰਾ ਕੁਝ, ਜਦੋਂ ਉਹਨਾਂ ਨੇ ਗੱਲਬਾਤ ਕਰਨੀ ਤਾਂ ਮੇਰੇ ਕੋਲ ਸ਼ਾਮ ਨੂੰ ਆ ਜਾਂਦਾ ਵੀ ਇਹ ਤੁਹਾਡਾ ਆਪਣਾ ਵੀ ਡਾਕਟਰ ਇੱਦਾਂ ਬੋਲ ਰਿਹਾ, ਵੀ ਚੰਨੀ ਦਾ ਬ੍ਰਦਰ ਇੱਦਾਂ ਬੋਲ ਰਿਹਾ। ਮੈਂ ਕਿਹਾ ਤੂੰ ਲੱਗਿਆ ਮੇਰੇ ਹਲਕੇ 'ਚ ਮੇਰੇ ਖਿਲਾਫ਼ ਤਾਂ ਮੇਰੀ ਕਰ ਰਿਹਾ, ਫਿਰ ਮੈਂ ਪਹਿਲਾਂ ਸੋਚਿਆ ਵੀ ਇਹਨੂੰ ਫਾਜ਼ਿਲਕਾ ਬਦਲਾਂ, ਮੈਂ ਇੱਕ ਵਾਰੀ ਆ ਗਿਆ ਵੀ ਫਾਜ਼ਿਲਕਾ ਬਦਲਾਂ, ਫਿਰ ਮੈਂ ਸੋਚਿਆ ਮੈਂ ਯਾਰ ਸਾਡੇ MLA ਸਾਡੇ ਮੰਤਰੀ ਦਾ ਭਰਾ ਹੈ, ਅਤੇ ਮੈਂ ਇਹਨੂੰ ਖਰੜ ਬਦਲੀ ਕਰ, ਖਰੜ ਬਦਲੀ ਕਰਾਤੀ, ਅਤੇ ਨਾਲੇ ਖਰੜ ਜੇ ਦੇਖਾਂ ਅਨੰਦਪੁਰ ਸਾਡੇ ਨਾ ਅਨੰਦਪੁਰ ਤੋਂ ਅਤੇ 20 ਕਿਲੋਮੀਟਰ ਦਾ ਫਰਕ ਹੈ, ਜਿੱਥੇ ਮੈਂ ਬਦਲੀ ਕਰਾਈ ਉਹ ਇਸ ਘਰ ਤੋਂ 300 ਮੀਟਰ ਸੀਗਾ। 300 ਮੀਟਰ ਫਾਇਦਾ ਹੁੰਦਾ ਕਿ 20-25 ਕਿਲੋਮੀਟਰ ਜਾ ਕੇ ਫਾਇਦਾ ਹੁੰਦਾ, ਅਤੇ ਇਹਦੀ ਬੜੀ ਮਾੜੀ ਭਾਵਨਾ ਸੀ ਇਹਨਾਂ ਦੀ। ਅਤੇ ਤੁਸੀਂ ਤਾਂ ਬਦਲੀ ਕਰਾਤੀ ਫਿਰ, ਹੈਂ ਤੁਸੀਂ ਵੀ ਤਾਂ ਕਰਵਾ ਦਿੱਤੀ? ਨਹੀਂ ਨਹੀਂ, ਬਦਲੀ ਤਾਂ ਗੱਲ ਇਹ ਵੀ ਜਦੋਂ ਕੋਈ ਵੀ ਤੁਹਾਡੇ ਅੰਗੇਜ਼ ਬੋਲਦਾ ਦੂਜਾ, ਫਿਰ ਆਮ ਤੌਰ 'ਤੇ GP ਐਵੇਂ ਹੁੰਦਾ ਨਾ ਕਿ ਤੁਸੀਂ ਕਿਸੇ ਦੀ ਬਦਲੀ ਕਰਵਾ ਦਿੱਤੀ, ਫਿਰ ਉਹ ਧੱਕੇੜ ਰੱਖਦਾ ਮਨ ਦੇ ਵਿੱਚ ਨਾ ਕਿ ਅੱਛਾ ਕੋਈ ਨਹੀਂ, ਚਾਹੇ ਮੈਨੂੰ ਮੇਰੇ ਘਰ ਦੇ ਨੇੜੇ ਭੇਜ ਤਾਂ ਮੈਨੂੰ ਇੱਥੋਂ ਰਾਹ ਤੋਂ ਹਟਾਉਣ ਦੀ ਕੋਸ਼ਿਸ਼ ਕਰਦਾ ਸੀ। ਨਹੀਂ ਨਹੀਂ, ਮੈਂ ਯਾਦ ਰੱਖੂੰਗਾ। ਮੈਂ ਤਾਂ ਜੀ ਬਾਈ ਜੀ ਕੀ ਕੀਤਾ, ਸਾਡੇ ਉਹ ਮੰਤਰੀ ਦਾ ਭਰਾ ਸੀ ਮੇਰਾ SCR, ਮੈਂ ਇਹਨੂੰ ਦੂਰ ਨਾ ਭੇਜੀਏ, ਇਹਨੂੰ 300 ਮੀਟਰ 'ਤੇ ਭੇਜੀਏ ਜਾ ਕੇ ਘਰੋਂ ਪੈਦਲ ਡਿਸਟੈਂਸ ਨਾਲ ਘਰੇ ਚਲੇ ਜਾਓ। ਤੁਸੀਂ ਮਤਲਬ ਘਰ ਦੇ ਫਾਇਦਾ ਕੀਤਾ, ਹਲਕੇ ਦਾ ਦੂਰ ਕਰਤਾ ਹੈ, ਮੈਂ ਫਾਇਦਾ ਕੀਤਾ ਉਹਨਾਂ ਨੇ ਨੁਕਸਾਨ ਕੀਤਾ, ਸਮਝ ਨਹੀਂ ਪਾਏ ਫਾਇਦਾ ਤੁਹਾਡਾ, ਮਨਮੋਹਨ ਜੀ ਦਾ ਨਹੀਂ ਸਮਝ ਪਾਏ। ਪਰ ਮੈਂ ਇਹ ਸਮਝ ਪਾ ਰਿਹਾ ਕਿ ਇੱਕ ਬੱਸ ਦੇ ਵਿੱਚ 40-50 ਲੋਕਾਂ ਨੇ ਬਿੱਲ 0 ਹੈ ਕਹਿ ਦਿੱਤਾ ਤੁਹਾਨੂੰ, ਅਤੇ ਇੱਕ ਕਿਸੇ ਵੱਡੇ ਆਗੂ ਦੇ ਭਰਾ ਨੇ 4 ਗੱਲਾਂ ਤੁਹਾਡੇ ਬਾਰੇ ਕਹਿ ਦਿੱਤੀਆਂ, ਤਾਂ ਤੁਹਾਡਾ ਮਨ ਬਦਲ ਗਿਆ ਕਿ ਤੁਸੀਂ ਪਾਰਟੀ ਛੱਡ ਜਾਓ? ਐਕਚੁਅਲੀ ਕੀ ਹੈ ਨਾ ਜੀ, ਚਲੋ ਮੇਰਾ ਸੀਗਾ ਸ਼ੁਰੂ ਤੋਂ ਯਾਰ, ਜੇ ਮੈਂ MLA ਬਣਿਆ ਜਾਂ ਮੈਂ ਫੀਲਡ ਜਾ ਰਿਹਾ ਵੀ ਯਾਰ ਗਰੀਬ ਲੋਕਾਂ ਦੇ ਕੰਮ ਕਰਾਂ, ਚਾਹੇ ਕਰੋਨਾ ਵਰਗੀ ਭਿਆਨਕ ਪਏ, ਚਾਹੇ ਮੈਂ ਇੰਨਾ ਵੈਲ ਆਫ ਨਹੀਂ ਹੈਗਾ, ਪਰ ਫਿਰ ਵੀ ਮੈਂ ਉਹਨਾਂ ਦਾ ਦਰਦ ਦੇਖਿਆ। ਜੇ ਕੋਈ ਕਰਿਆਨੇ ਵਾਲੀ ਦੁਕਾਨ ਕਰਦਾ, ਜੇ ਕੋਈ ਰੇਹੜੀ ਲਾਉਂਦਾ ਸੀ, ਉਹ ਕਹਿੰਦਾ ਮੇਰੇ ਬੱਚੇ ਦੀ ਫੀਸ ਭਰਨ ਵਾਲੀ, ਦੂਜਾ ਮੈਂ ਸਾਰਿਆਂ ਦੀ ਤਕਰੀਬਨ, ਚਾਹੇ ਮੈਂ ਜਿੱਥੋਂ ਆਪਣੇ ਦੋਸਤਾਂ ਮਿੱਤਰਾਂ ਤੋਂ ਪੈਸੇ ਲਏ, ਉਹਨਾਂ ਦੀਆਂ ਫੀਸਾਂ ਜ਼ਰੂਰ ਭਰੀਆਂ, ਉਹਨਾਂ ਦੇ ਘਰ ਖਾਣਾ ਜ਼ਰੂਰ ਪਹੁੰਚਾਇਆ। ਅਤੇ ਕਹਿਣ ਦਾ ਮਤਲਬ ਇੱਕ ਦਰਦ ਹੁੰਦਾ, ਦਰ ਅੱਜ ਵੀ ਉਹ ਦਰਦ ਲੈ ਕੇ ਆਇਆ ਵੀ ਸਾਡਾ ਜੇ ਮੈਂ ਪਰਮਾਤਮਾ ਕਰੂੰ ਮੈਂ ਬਣਦਾ ਹੈ, ਤਾਂ ਗਰੀਬ ਲੋਕਾਂ ਦੇ ਮੈਂ ਜ਼ਰੂਰ ਕੰਮ ਕਰਨਾ। ਐਕਚੁਅਲੀ ਮੇਰੀ ਨਾ ਕਿਸੇ ਨਾਲ ਨਾਰਾਜ਼ਗੀ ਕਰਨ ਨੂੰ ਜੀ ਨਹੀਂ ਕਰਦਾ। ਉਹ ਐਕਚੁਅਲੀ ਕੀ ਆ, ਮੇਰੇ ਹਲਕੇ 'ਚ SMO ਉਹਨਾਂ ਬ੍ਰਦਰ ਲੱਗ ਗਿਆ, ਅਤੇ ਜਦੋਂ ਲੱਗਿਆ ਕੋਈ ਵੀ ਲੱਗ ਸਕਦਾ, ਜਦੋਂ ਮੇਰੇ ਕਰਨੀ ਕੋਈ ਚਾਹੇ SHO ਲੱਗੇ, ਚਾਹੇ SM ਲੱਗੋ, ਚਾਹੇ ਕੋਈ DSP ਲੱਗੇ, ਆਪਦੀ ਡਿਊਟੀ ਨਿਭਾਵੇ ਨਾ। ਅਸੀਂ ਡਿਊਟੀ ਨਿਭਾਉਣੀ ਚਾਹੀਦੀ, ਜਦੋਂ ਤੁਸੀਂ SM ਲਾਏ ਤਾਂ ਪੇਸ਼ੈਂਟ ਦੇਖੋ, ਆਪਣਾ ਹੋਸਪਿਟਲ ਦੇਖੋ ਵੀ ਆਪਣਾ ਪੇਸ਼ੈਂਟ ਦਾ ਕਿਵੇਂ ਕਰਨਾ, ਤਾਂ ਸਾਰਾ ਕੁਝ ਇਹੀ ਹੁੰਦਾ ਵੀ ਪਿੰਡ ਜਾ ਕੇ ਲੋਕਾਂ ਦਾ। ਜਦੋਂ ਮੈਂ ਉਹਦੀ ਨੈਗੇਟਿਵਿਟੀ ਦੇਖੀ ਵੀ ਇਹ ਮੇਰੇ ਖਿਲਾਫ਼ ਇੰਟਰਸਟ ਸੀਗਾ, ਨੈਗੇਟਿਵਿਟੀ ਮਤਲਬ ਉਹਨਾਂ ਨੇ ਮੇਰੇ ਖਿਲਾਫ਼ ਸਿਆਸੀ ਗਤੀਵਿਧੀਆਂ ਸ਼ੁਰੂ, ਮੇਰੇ ਖਿਲਾਫ਼ ਮਤਲਬ ਬੋਲਣਾ, ਅਤੇ ਮੈਨੂੰ ਜਦੋਂ ਫੀਡਬੈਕ, ਕਿਉਂਕਿ ਹਰ ਪਿੰਡ ਮੇਰੇ ਨਾਲ ਲਿੰਕ ਸੀਗਾ ਸਾਰਾ ਕੁਝ, ਜਦੋਂ ਉਹਨਾਂ ਨੇ ਗੱਲਬਾਤ ਕਰਨੀ ਤਾਂ ਮੇਰੇ ਕੋਲ ਸ਼ਾਮ ਨੂੰ ਆ ਜਾਂਦਾ ਵੀ ਇਹ ਤੁਹਾਡਾ ਆਪਣਾ ਵੀ ਡਾਕਟਰ ਇੱਦਾਂ ਬੋਲ ਰਿਹਾ, ਵੀ ਚੰਨੀ ਦਾ ਬ੍ਰਦਰ ਇੱਦਾਂ ਬੋਲ ਰਿਹਾ। ਮੈਂ ਕਿਹਾ ਤੂੰ ਲੱਗਿਆ ਮੇਰੇ ਹਲਕੇ 'ਚ ਮੇਰੇ ਖਿਲਾਫ਼ ਤਾਂ ਮੇਰੀ ਕਰ ਰਿਹਾ, ਫਿਰ ਮੈਂ ਪਹਿਲਾਂ ਸੋਚਿਆ ਵੀ ਇਹਨੂੰ ਫਾਜ਼ਿਲਕਾ ਬਦਲਾਂ, ਮੈਂ ਇੱਕ ਵਾਰੀ ਆ ਗਿਆ ਵੀ ਫਾਜ਼ਿਲਕਾ ਬਦਲਣਾ, ਫਿਰ ਮੈਂ ਸੋਚਿਆ ਮੈਂ ਯਾਰ ਸਾਡੇ MLA ਸਾਡੇ ਮੰਤਰੀ ਦਾ ਭਰਾ ਹੈ, ਅਤੇ ਮੈਂ ਇਹਨੂੰ ਖਰੜ ਬਦਲੀ ਕਰ, ਖਰੜ ਬਦਲੀ ਕਰਾਤੀ, ਅਤੇ ਨਾਲੇ ਖਰੜ ਜੇ ਦੇਖਾਂ ਅਨੰਦਪੁਰ ਸਾਡੇ ਨਾ ਅਨੰਦਪੁਰ ਤੋਂ
ਅਤੇ 20 ਕਿਲੋਮੀਟਰ ਦਾ ਫਰਕ ਹੈ। ਜਿੱਥੇ ਮੈਂ ਬਦਲੀ ਕਰਾਈ ਉਹ ਇਸ ਘਰ ਤੋਂ 300 ਮੀਟਰ ਸੀ। 300 ਮੀਟਰ ਫਾਇਦਾ ਹੁੰਦਾ ਕਿ 20-25 ਕਿਲੋਮੀਟਰ ਜਾ ਕੇ ਫਾਇਦਾ ਹੁੰਦਾ? ਅਤੇ ਇਹਦੀ ਬੜੀ ਮਾੜੀ ਭਾਵਨਾ ਸੀ ਇਹਨਾਂ ਦੀ। ਅਤੇ ਤੁਸੀਂ ਵੀ ਤਾਂ ਬਦਲੀ ਕਰਾਤੀ ਫਿਰ, ਹੈਂ? ਤੁਸੀਂ ਵੀ ਤਾਂ ਕਰਵਾ ਦਿੱਤੀ? ਨਹੀਂ ਨਹੀਂ, ਬਦਲੀ ਤਾਂ ਗੱਲ ਹੈ ਵੀ ਜਦੋਂ ਕੋਈ ਵੀ ਤੁਹਾਡੇ ਅੰਗੇਜ਼ ਬੋਲਦਾ ਦੂਜਾ। ਪਰ ਆਮ ਤੌਰ 'ਤੇ GP ਜੀ ਐਵੇਂ ਹੁੰਦਾ ਨਾ ਕਿ ਤੁਸੀਂ ਕਿਸੇ ਦੀ ਬਦਲੀ ਕਰਵਾ ਦਿੱਤੀ, ਫਿਰ ਉਹ ਧੱਕੇੜ ਰੱਖਦਾ ਮਨ ਦੇ ਵਿੱਚ ਨਾ ਕਿ ਅੱਛਾ ਕੋਈ ਨਹੀਂ, ਚਾਹੇ ਮੈਨੂੰ ਮੇਰੇ ਘਰ ਦੇ ਨੇੜੇ ਭੇਜ ਤਾਂ ਮੈਨੂੰ ਇੱਥੋਂ ਰਾਹ ਤੋਂ ਹਟਾਉਣ ਦੀ ਕੋਸ਼ਿਸ਼ ਕਰਦਾ ਸੀ। ਨਹੀਂ ਨਹੀਂ, ਮੈਂ ਯਾਦ ਰੱਖੂੰਗਾ। ਮੈਂ ਤਾਂ ਜੀ ਬਾਈ ਜੀ ਕੀ ਕੀਤਾ, ਸਾਡੇ ਉਹ ਮੰਤਰੀ ਦਾ ਭਰਾ ਸੀ, ਮੇਰਾ ACR, ਮੈਂ ਇਹਨੂੰ ਦੂਰ ਨਾ ਭੇਜੀਏ, ਇਹਨੂੰ 300 ਮੀਟਰ 'ਤੇ ਭੇਜੀਏ ਜਾ ਕੇ ਘਰੋਂ ਪੈਦਲ ਡਿਸਟੈਂਸ ਨਾਲ ਆਪਣੇ ਘਰੇ ਚਲਿਆ। ਤੁਸੀਂ ਮਤਲਬ ਘਰ ਦੇ ਨੇੜੇ ਕੀਤਾ, ਹਲਕੇ ਦਾ ਦੂਰ ਕਰਤਾ ਹੈ। ਮੈਂ ਫਾਇਦਾ ਕੀਤਾ, ਉਹਨਾਂ ਨੁਕਸਾਨ ਕੀਤਾ? ਸਮਝ ਨਹੀਂ ਪਾਏ ਫਾਇਦਾ ਤੁਹਾਡਾ, ਮਨਮੋਹਨ ਜੀ ਦਾ ਨਹੀਂ ਸਮਝ ਪਾਏ। ਪਰ ਮੈਂ ਇਹ ਸਮਝ ਪਾ ਰਿਹਾ ਕਿ ਇੱਕ ਬੱਸ ਦੇ ਵਿੱਚ 40-50 ਲੋਕਾਂ ਨੇ ਬਿੱਲ ਜ਼ੀਰੋ ਹੈ ਕਹਿ ਦਿੱਤਾ ਤੁਹਾਨੂੰ, ਅਤੇ ਇੱਕ ਕਿਸੇ ਵੱਡੇ ਆਗੂ ਦੇ ਭਰਾ ਨੇ 4 ਗੱਲਾਂ ਤੁਹਾਡੇ ਬਾਰੇ ਕਹਿ ਦਿੱਤੀਆਂ, ਤਾਂ ਤੁਹਾਡਾ ਮਨ ਬਦਲ ਗਿਆ ਕਿ ਤੁਸੀਂ ਪਾਰਟੀ ਛੱਡ ਜਾਓ? ਐਕਚੁਅਲੀ ਕੀ ਹੈ ਨਾ ਜੀ, ਚਲੋ ਮੇਰਾ ਸੀਗਾ ਸ਼ੁਰੂ ਤੋਂ ਯਾਰ, ਜੇ ਮੈਂ MLA ਬਣਿਆ ਜਾਂ ਮੈਂ ਫੀਲਡ ਜਾ ਰਿਹਾ ਵੀ ਯਾਰ ਗਰੀਬ ਲੋਕਾਂ ਦੇ ਕੰਮ ਕਰਾਂ, ਚਾਹੇ ਕਰੋਨਾ ਵਰਗੀ ਭਿਆਨਕ ਪਏ, ਚਾਹੇ ਮੈਂ ਇੰਨਾ ਵੈਲ ਆਫ ਨਹੀਂ ਹੈਗਾ, ਪਰ ਫਿਰ ਵੀ ਮੈਂ ਉਹਨਾਂ ਦਾ ਦਰਦ ਦੇਖਿਆ। ਜੇ ਕੋਈ ਕਰਿਆਨੇ ਵਾਲੀ ਦੁਕਾਨ ਕਰਦਾ, ਜੇ ਕੋਈ ਰੇਹੜੀ ਲਾਉਂਦਾ ਸੀ, ਉਹ ਕਹਿੰਦਾ ਮੇਰੇ ਬੱਚੇ ਦੀ ਫੀਸ ਭਰਨ ਵਾਲੀ, ਦੂਜਾ ਮੈਂ ਸਾਰਿਆਂ ਦੀ ਤਕਰੀਬਨ, ਚਾਹੇ ਮੈਂ ਜਿੱਥੋਂ ਆਪਣੇ ਦੋਸਤਾਂ ਮਿੱਤਰਾਂ ਤੋਂ ਪੈਸੇ ਲਏ, ਉਹਨਾਂ ਦੀਆਂ ਫੀਸਾਂ ਜ਼ਰੂਰ ਭਰੀਆਂ, ਉਹਨਾਂ ਦੇ ਘਰ ਖਾਣਾ ਜ਼ਰੂਰ ਪਹੁੰਚਾਇਆ। ਅਤੇ ਕਹਿਣ ਦਾ ਮਤਲਬ ਇੱਕ ਦਰਦ ਹੁੰਦਾ, ਦਰ ਅੱਜ ਵੀ ਉਹ ਦਰਦ ਲੈ ਕੇ ਆਇਆ ਵੀ ਸਾਡਾ ਜੇ ਮੈਂ ਪਰਮਾਤਮਾ ਕਰੂੰ ਮੈਂ ਬਣਦਾ ਹੈ ਤਾਂ ਗਰੀਬ ਲੋਕਾਂ ਦੇ ਮੈਂ ਜ਼ਰੂਰ ਕੰਮ ਕਰਨਾ।